ਹੋਰ ਭਾਜੀ ਲੱਗੇ ਮਿਸਤਰੀ ਮਿਸਤਰੀ ਲੱਗੇ ਆ ਹਾਂ ਕਿੱਥੇ ਤੱਕ ਪਹੁੰਚ ਗਿਆ ਕੰਮ ਕੰਮ ਪਹੁੰਚ ਗਿਆ ਲੈਂਟਰ ਤੇ ਬਸ ਦਹਾਂ ਕ ਦਿਨਾਂ ਤੱਕ ਪੈਣਾ ਲੈਂਟਰ ਅੱਛਾ ਠੀਕ ਠੀਕ ਆ ਵੈਸੇ ਆਡਾ ਰਾਦਾ ਬਣ ਰਿਹਾ ਸੀ ਕਿ ਚੱਲ ਅਸੀਂ ਇੱਕ ਵਾਰੀ ਪਹਿਲਾਂ ਗੇੜਾ ਮਾਰ ਕੇ ਆਉਂਦੇ ਆ ਚਲੋ ਹੁਣ ਅਸੀਂ ਲੈਂਟਰ ਤੇ ਜਾਵਾਂਗੇ ਹਾਂ ਚਲੋ ਹੁਣ ਇਹ ਮੇੜੀ ਚੱਲੇ ਨੇ ਹੋਰ ਮੈਨੂੰ ਤੇ ਆਪ ਵੀਰ ਜੀ ਬੜਾ ਹੋਰ ਤਰ੍ਹਾਂ ਹੁੰਦਾ ਵਾ ਕਿ ਭਾਬੀ ਨੇ ਕਹਿਣਾ ਇਹਨੇ ਆਪਣੇ ਘਰ ਬੁਲਾਇਆ ਹੀ ਨਹੀਂ ਆ ਹੁਣ ਉੱਥੇ ਇੰਨਾ ਖਲਾਰਾ ਪਿਆ ਵਾ ਤੇ ਮੇਰਾ ਜੀ ਨਹੀਂ ਕਰਦਾ ਏਡਾ ਬੁਲਾਉਣ ਲੈਂਟਰ ਪੈ ਜੇ ਨਾ ਤੇ ਫੇਰ ਹੀ ਆ ਹੈ ਚੱਲ ਕੋਈ ਗੱਲ ਨਹੀਂ ਨਵੇਂ ਘਰ ਚ ਬੁਲਾਵਾਂਗੇ ਕਿ ਆਹ ਹੁਣ ਦੇਖੋ ਰਸੋਈ ਦੇ ਵਿੱਚ ਗੁਜ਼ਾਰਾ ਕਰਨੇ ਆ ਜਿਹਦੇ ਕੋਈ ਗੱਲ ਨਹੀਂ ਚੱਲਦੇ ਕੰਮਾਂ ਦੇ ਵਿੱਚ ਇਹੋ ਕੁਝ ਹੀ ਹੁੰਦਾ ਵਾ ਹੈ ਤੁਸੀਂ ਤੇ ਚੰਗੀ ਭਲੀ ਠੋਠੀ ਢਾਲੀ ਜਾ ਤੇ ਤੇ ਅੱਗੇ ਮੇਰੇ ਅੱਗੇ ਕਹਿਣ ਡੀਆਂ ਸੀ ਚਾਚੀਆਂ ਤਾਈਆਂ ਕਿ ਆਪਣੀ ਭਾਬੀ ਨੂੰ ਕਰੋ ਬੁਲਾਉਣਾ ਵਾ ਮੈਂ ਕਿਹਾ ਹੁਣ ਲੈਂਟਰ ਤੋਂ ਬਾਅਦ ਹੀ ਬੁਲਾਵਾਂਗੀ ਨਹੀਂ ਲੈਂਟਰ ਤੇ ਨਹੀਂ ਬੁਲਾਉਣਾ ਨਹੀਂ ਤੁਸੀਂ ਸੱਦੋ ਚਾਹੇ ਨਾ ਸੱਦੋ ਅਸੀਂ ਤੇ ਲੈਂਟਰ ਤੇ ਆ ਹੀ ਜਾਣਾ ਆ ਮੇਰਾ ਤੇ ਬੜਾ ਹੀ ਜੀ ਕਰਦਾ ਤੁਹਾਡੇ ਕੋਲ ਜਾਣ ਲਈ ਪਰ ਉਹ ਹੁਣ ਉੱਥੇ ਤੁਹਾਡੇ ਹੁਣ ਬਿਜ਼ੀ ਆ ਨਾ ਕੰਮ ਸਾਰਾ ਹੋਇਆ ਪਿਆ ਹੋ ਨਹੀਂ ਨਹੀਂ ਭਾਬੀ ਜੀ ਵੈਲਕਮ ਆ ਤੁਹਾਡਾ ਜਦੋਂ ਮਰਜ਼ੀ ਆਓ ਪਰ ਅਸੀਂ ਵੀ ਸੋਚਣ ਦੇ ਸੀ ਕਿ ਨਵੀਂ ਵੋਟੀ ਨਵੀਂ ਕੋਠੀ ਜੀ ਆਵੇ ਭਾਬੀ ਜੀ ਆ ਚੁੱਕ ਲਓ ਗਲਾਸੀ ਇਹਨੇ ਤੋੜ ਦੇਣੀਆਂ ਜੇ ਤੇ ਉਹ ਰੋਣ ਲੱਗ ਜਾਂਦੀ ਆ ਕੋਈ ਨਹੀਂ ਉਹ ਹੋ ਟੁੱਟ ਜਾਂਦੀ ਆ ਰੋਂਦੀ ਤਾਂ ਕੋਈ ਨਹੀਂ ਆਪਣਾ ਮਰਵਾ ਨਾ ਹੋਵੇ ਕਿਤੇ ਚੱਲ ਕੋਈ ਨਹੀਂ ਪਲਾਸਟਿਕ ਦੀ ਲੈ ਲੈ ਜੀ ਇਹ ਤਾਂ ਬੜੀ ਭੈੜੀ ਆਈ ਨਹੀਂ ਰੀਤ ਬਣਾ ਲਈ ਹੋਰ ਚਾਹ ਠੰਡਾ ਕੀ ਟੈਂਟ ਕੜੀ ਹੋ ਗਈ ਹੈ ਕੋਈ ਨਹੀਂ ਬਣਾ ਲਓ ਬਣਾ ਕੇ ਸੰਦੀਪ ਚਾਹ ਬਣਾ ਤੇ ਮੰਮੀ ਨਾਲ ਪਕੌੜੇ ਬਣਾਵਾਂ ਬਣਾ ਲਓ ਠੀਕ ਹੈ ਚਲ ਆ ਮੇਰੇ ਆਪਾਂ ਪਕੌੜੇ ਬਣਾਈਏ ਆਜੋ ਬਣਾਓ ਬਣਾਓ ਅੱਜ ਦੋਵਾਂ ਜਣਾਂ ਦੀ ਮੈਚਿੰਗ ਵੀ ਬੜੀ ਹੋਈ ਆ ਸਹੀ ਗੱਲ ਆ ਕਿਵੇਂ ਸਲਾਹ ਕਰਕੇ ਤੇ ਨਹੀਂ ਆਏ ਆਹ ਤੇ ਆ ਵੀ ਨਾ ਗੱਲਾਂ ਭਾਈ ਇਹਨਾਂ ਨੂੰ ਫਿਰ ਪਕੌੜੇ ਖਾਣ ਦੀਏ ਆਪਾਂ ਚੱਲੀਏ ਸ਼ਹਿਰ ਉੱਥੋਂ ਕੋ ਖਾ ਪੀ ਕੇ ਆਉਂਦੇ ਆ ਚੱਲ ਜਿੱਦਾਂ ਤੇਰੀ ਮਰਜ਼ੀ चाह स्लो ते धर दिनी आ ते पहला बेसन कढ लां किथे आ सच मम्मी नूं पुछदी आ हैगा वी आ बेसन घर प्रीत मैं ते कहिंदी तुसी दोई जणी चल जाओ नाल ही कुछ खा पी आओ नाल तुसी ओ नहीं मम्मी जी अगे बाहरों बड़ा कुछ खाईदा वा मैं नहीं हुण कुछ भी खाना बाहर जाके मैं इत्थे तुहाडे नाल गल्लां पता करनियां वा ओ मम्मी जी मैं पुछण आई ही कि बेसन किथे आ टेबल ते पिया है ਇੱਕ ਤਾਂ ਪ੍ਰੀਤੀ ਨੇ ਐਵੇਂ ਮਨਾ ਕਰ ਦਿੱਤਾ ਕਹਿ ਦਿੰਦੀ ਹਾਂ ਕਿ ਅਸੀਂ ਵੀ ਚੱਲ ਜਾਂਦੇ ਕਿੰਨਾ ਮਜ਼ਾ ਆਉਂਦਾ ਨਾਲੇ ਮਜ਼ੇ ਨਾਲ ਖਾ ਪੀ ਕੇ ਆਉਣਾ ਸੀ ਫੋਟੋਆਂ ਫਾਟੋਆਂ ਖਿੱਚ ਆਉਣੀਆਂ ਸੀ ਘੁੰਮ ਫਿਰ ਆਉਣਾ ਸੀਗਾ ਮੈਂ ਅੱਜ ਸਗੋਂ ਬਾਹਰ ਵੀ ਨਹੀਂ ਗਈ ਜਦੋਂ ਦੀ ਆਈ ਹਾਂ ਇੱਕੋ ਅੱਧੀ ਵਾਰ ਗਏ ਹਾਂ ਬਸ ਹੁਣ ਘਰੇ ਪਕੌੜੇ ਬਣਾਉਣੇ ਪੈਣੇ ਆ ਚਲੋ ਬਣਾ ਮਨਾ ਫਿਰ ਹੋਰ ਕੀ ਕਰਨਾ ਚਲ ਆ ਜਾ ਫਿਰ ਉੱਥੇ ਬੈਠ ਕੇ ਬਹਿੰਦੀ ਆ ਨਾਲ ਚਾਹ ਪਾਣੀ ਪੀ ਲਈ ਨਾਲ ਗੱਲਾਂ ਬਾਤਾਂ ਕਰਨੇ ਚਲੋ ਸੰਦੀਪਾ ਭਾਂਡੇ ਲੈ ਜਾ ਹੋਰ ਲਿਆਵਾਂ ਚਾਹ ਨਾ ਨਾ ਮੰਮੀ ਜੀ ਇਹਨਾਂ ਦੇ ਭੂਆ ਦੇ ਮੁੰਡੇ ਦਾ ਪਿੱਛੇ ਜੇ ਵਿਆਹ ਨਹੀਂ ਸੀ ਜਿਹਦਾ ਹੋਇਆ ਉਹਦਾ ਤਲਾਕ ਵੀ ਹੋ ਗਿਆ ਹੈ ਹਾਂਜੀ ਆਹ ਸਾਲ ਕੋ ਹੋਇਆ ਵਿਆਹ ਨੂੰ ਹਾਂਜੀ ਉਹ ਉਹਨਾਂ ਦੀ ਵੋਟੀ ਦੀ ਬਣੀ ਨਹੀਂ ਉਹਦਾ ਨਾ ਵੋਟੀ ਦਾ ਧਿਆਨ ਨਾ ਪਿੱਛੇ ਵੱਲ ਬੜਾ ਸੀ ਪੇਕੇ ਸਾਰਾ ਕੁਝ ਪਾਣਾ ਬਸ ਇਸੇ ਚੱਕਰ 'ਚ ਬਸ ਆਹ ਕਿੰਨਾ ਖਰਚਾ ਕੀਤਾ ਸੀ ਇਹਨਾਂ ਨੇ ਵਿਆਹ 'ਤੇ ਬੜਾ ਕੇ ਹੈ ਨਾ ਉਹਦਾ ਵੋਟੀ ਸੋਹਣੀ ਸੀ ਵੋਟੀ ਤਾਂ ਸੋਹਣੀ ਸੀ ਇੱਦਾਂ ਦੀ ਲੱਗਦੀ ਤਾਂ ਨਹੀਂ ਮੂੰਹ ਤੋਂ ਸੱਚੀ ਬੜੀ ਭੋਲੀ ਲੱਗਦੀ ਸੀ ਪਰ ਹੈ ਬੜੀ ਤੇਜ਼ ਸੀ ਉਹਦਾ ਖਰਚਾ ਹੀ ਬੜਾ ਸੀ ਨਾਲੇ ਦੂਜੀ ਗੱਲ ਦੱਸਾਂ ਕੀ ਆ ਭੂਆ ਕਿੰਨੀ ਕੰਜੂਸ ਆ ਤੁਹਾਨੂੰ ਪਤਾ ਹੀ ਆ ਭੂਆ ਦੇ ਇੱਕ ਰੁਪਇਆ ਕੱਢ ਕੇ ਖੁਸ਼ ਨਹੀਂ ਹੈਗੀ ਅਤੇ ਇਹਦਾ ਧਿਆਨ ਸਾਰਾ ਪੇਕਿਆਂ ਵੱਲ ਸੀ ਨਾਲੇ ਮੰਮੀ ਉਹ ਬੜੀ ਬੇਪਰਵਾਹ ਸੀ ਉਹਨੂੰ ਕਿਸੇ ਦੀ ਕੋਈ ਟੈਨਸ਼ਨ ਥੋੜ੍ਹਾ ਹੁੰਦੀ ਸੀ ਇੱਕ ਵਾਰੀ ਨਾ ਆਪਾਂ ਵੀ ਗਏ ਆਰਾਮ ਨਾਲ ਆਪਣਾ ਅੰਦਰ ਵਰਗੇ ਫੋਨ ਚਲਾਉਂਦੀ ਰਹੀ ਸੀ ਉਹਨੂੰ ਕੋਈ ਇਹ ਹੈ ਨਹੀਂ ਕਿ ਸਾਡੇ ਘਰ ਪ੍ਰਾਹੁਣੇ ਆਏ ਆ ਜਾਂ ਉਹਨਾਂ ਦੀ ਰੋਟੀ ਪਾਣੀ ਬਣਾਉਣਾ ਵਾ ਨਾ ਵਿਚਾਰੀ ਭੂਆ ਨੇ ਉੱਠ ਕੇ ਰੋਟੀ ਪਾਣੀ ਕੀਤਾ ਬਸ ਇਹਨਾਂ ਨਿੱਕੀਆਂ ਨਿੱਕੀਆਂ ਗੱਲਾਂ ਕਰਕੇ ਇਹਨਾਂ ਦਾ ਤਲਾਕ ਹੋ ਗਿਆ ਜੀ ਅਜੇ ਕਿੰਨਾ ਕੁ ਚਿਰ ਹੋ ਗਿਆ ਸੀ ਵਿਆਹ ਹੋਏ ਨੂੰ ਚੱਲ ਸਮਝਾ ਸਮਝੂ ਲੈਂਦੇ ਨਿਆਣ ਸਿਆਣ ਸੀ ਅਤੇ ਤਲਾਕ ਕਿਉਂ ਐਡੀ ਛੇਤੀ ਕਰ ਦਿੱਤਾ ਉਹਨਾਂ ਨੇ ਉਹ ਮੰਮੀ ਜੀ ਸਮਝਾਇਆ ਸਮਝੋਇਆ ਕੋਈ ਨਹੀਂ ਸਮਝ ਰਿਹਾ ਇਹ ਤਾਂ ਸਿਰਫ ਕਹਿਣ ਦੀਆਂ ਹੀ ਗੱਲਾਂ ਵਾ ਜਿਹਦੇ ਸਿਰ ਪਈ ਹੋਵੇ ਪਤਾ ਤਾਂ ਉਹਨੂੰ ਹੀ ਹੁੰਦਾ ਵਾ ਹਾਂ ਹਾਏ ਮੰਮੀ ਕਿੰਨਾ ਟਾਈਮ ਹੋ ਗਿਆ ਮੈਂ ਦੇਖੀ ਉਹਨਾਂ ਨੂੰ ਫੋਨ 'ਤੇ ਕਰਾਂ ਕਿੱਥੇ ਰਹਿ ਗਏ ਅਜੇ ਤੱਕ ਆਏ ਨਹੀਂ ਹੈ
फोन ही नहीं चुकया, लगता गड्डी च रह गया होना उन्हां दे। मम्मी आ नवा सूट समाया किदां दा? बड़ा सोहना वा, किन्ने दा है? ए मम्मी आया वा 4,500 दा। अच्छा, मम्मी तेरे लिए सूट लिया वा। ओ काहदे लई? संदीप कहन दी मैनूं सूट मम्मी बना के दो, मैं गई उहदे लई सूट लैण, ते फिर मैं तेरे लई भी लैंदा इक, इक्को जे लैंदे दोवां दे। हां दिखाओ फिर। संदीप। हां जी मम्मी जी। जा सूट फड़ के लिया जिहड़े बना के लैंदे। सूट ही बड़े सोहने आ। हां सोहने आ दोवें। मम्मी जी किन्ने दे बने आ? नहीं तू की कहना किन्ने दे बने आ, तेनूं जिहड़ा पसंद आ तू ते चुक। तुसी केड़ा पसंद कीता? मैं ते वैसे आ वाला पसंद कीता ही। ते चलो कोई गल नहीं, फिर मैं आ रख लैनी। हां नहीं वेख लो जिहड़ा तुहानूं पसंद आ तुसी कर लो। कोई नहीं आ वी सूट सोहना वा, इक्को जे दोवें जिहड़ा मर्जी ले लो। हां जी कोई नहीं मैं रख लैनी। चल वधिया तेनूं सूट मिल गया, मैनूं बस नहीं गल बस नहीं। चल आ फिर चलिए। ਖਾਣੂ ਜੀ ਕਰਦਾ ਵਾ ਕਿ ਮੈਨੂੰ ਚੀਜ਼ ਚਾਹੀਦੀ ਆ। ਦੱਸ ਕੀ ਜੀ ਕਰਦਾ? ਮੇਰਾ ਜੀ ਕਰਦਾ ਵਾ ਕਿ ਇੱਕ ਸੂਟ ਬਣਾ ਕੇ ਲਿਆਵਾਂ ਨਵਾਂ। ਸੂਟ ਨੂੰ ਖਾਣਾ ਤੂੰ? ਤੇ ਜਦੋਂ ਸੂਟ ਬਣਾਉਣ ਜਾਵਾਂਗੇ ਕੁਛ ਖਾ ਪੀ ਵੀ ਆਵਾਂਗੇ। ਅੱਛਾ ਜੀ। ਹਾਂਜੀ ਮੇਰੀ ਗੱਲ ਸੁਣੋ। ਹਾਂ ਚੱਲੀਏ। ਚੱਲ ਚੱਲ ਜਾ, ਮੈਂ ਮੰਮੀ ਨੂੰ ਪੁੱਛ ਲਾ ਤੇ ਨਾਲੇ ਮੰਮੀ ਕੋਲ ਪੈਸੇ ਲੈ ਲਾ। ਤੇ ਮੰਮੀ ਨੂੰ ਤੁਸੀਂ ਪੁੱਛ ਲਓ, ਹੁਣ ਮੈਂ ਕਿਉਂ ਪੁੱਛਾਂ? ਉਹ ਤੈਨੂੰ ਪਤਾ ਤਾਂ ਹੈ ਹੀ ਆ ਯਾਰ, ਮੈਂ ਕੋਈ ਕੰਮ ਕਾਰ ਦੇ ਉੱਤੇ ਨਹੀਂ ਲੱਗਾ, ਜੋ ਵੀ ਖਰਚਾ ਵਾ ਮੈਂ ਮੰਮੀ ਕੋਲੋਂ ਲੈ ਕੇ ਵਰਤਦਾ ਵਾਂ। ਤੂੰ ਜਾ ਕੇ ਮੰਗਾਂਗੀ, ਤੈਨੂੰ ਮਨਾ ਨਹੀਂ ਕਰਨਾ, ਮੈਨੂੰ ਮੰਮੀ ਨੇ ਸਾਫ਼ ਮਨਾ ਕਰ ਦੇਣਾ, ਉਹਨਾਂ ਪੁੱਛਣਾ ਤੂੰ ਕੀ ਕਰਨੇ ਆ, ਤੂੰ ਇੱਕ ਵਾਰ ਤੂੰ ਮੰਗ ਲਾ, ਤੈਨੂੰ ਦੇ ਦੇਣੇ ਆ ਮੰਮੀ ਨੇ। ਨਾਲ ਗੱਲ ਸੁਣ, 1,500 ਰੁਪਈਆ ਵੱਧ ਲੈ ਲਈ, ਮੈਂ ਆ ਫੋਨ ਦਾ ਕਵਰ ਤੇ ਗਾਰਡ ਪਾਉਣਾ ਵਾਂ। ਮੈਨੂੰ ਤਾਂ ਐਂ ਦੱਸਣ ਡੇ ਆ ਜਿੱਦਾਂ ਮੈਨੂੰ ਜਾਂਦੇ ਮਿਲ ਜਾਣੇ ਹੁੰਦੇ ਆ। ਬਹਾਨੇ ਨਾਲ ਫੜ ਲਈ, ਫਿਰ ਕਿਉਂ ਚਲਿਆ? ਕਵਲ ਜਾ ਕੇ ਬਣਾ ਲਈ ਆ, ਪੈਸੇ ਦੇ ਦੋ। ਮੈਂ ਠੀਕ ਨੀ ਗੀ ਹੈਗੀ, ਮੈਂ ਜਾਂਦੀ ਕਵਲ ਦੇ ਨਾਲ, ਤੇ ਮੈਂ ਤੇਰਾ ਹੀ ਸੂਟ ਲੈ ਆਉਂਗੀ, ਨਾਲ ਹੀ ਦਵਾਈ ਲੈ ਆਉਂਗੀ। ਠੀਕ ਆ, ਕੋਈ ਨੀ ਫਿਰ ਤੁਸੀਂ ਲੈ ਲਓ। ਹਾਂ ਮੈਂ ਲਿਆਉਣੀ ਆ ਸੂਟ, ਕਵਰ ਕਿੱਥੇ? ਮੈਂ ਉਹਨਾਂ ਨੂੰ ਕਹਿ ਦਿੰਦੀ ਹਾਂ, ਫਿਰ ਕਹਿ ਉਹਨਾਂ ਨੂੰ ਮੰਮੀ ਠੀਕ ਨਹੀਂ ਕਹਿੰਗੇ ਤੇ ਦਵਾਈ ਲਿਆਉਣੀ ਨਾਲ। ਜੇ ਮੈਂ ਇਹਨੂੰ ਦੇ ਦਿੱਤੇ ਪੈਸੇ ਤੇ ਆਦਤ ਇਹਨੂੰ ਪੈ ਜਾਣੀ ਪੈਸੇ ਲੈਣ ਦੀ, ਆਪੇ ਚੀਜ਼ਾਂ ਖਰੀਦਣ ਦੀ, ਮੈਂ ਆਪੇ ਲਿਆ ਕੇ ਦਊਂਗੀ ਇਹਨੂੰ ਸੂਟ, ਇਹਨਾਂ 'ਤੇ ਉਡਾ ਪਡਾ ਆਉਣੇ ਐਵੇਂ।
ਚਲੀਏ ਫਿਰ ਮਿਲ ਗਏ ਪੈਸੇ ਆਹੋ ਪੰਜ ਨੋਟਾਂ ਦੀ ਦੇਤੀ ਆ ਸਵਾਹ ਮਿਲੀ ਗਈ ਮੈਨੂੰ ਬੋਲਦੀ ਕਿੱਦਾਂ ਵਾ ਜਾਓ ਮੰਮੀ ਨੇ ਵੀ ਦਵਾਈ ਲਿਆਉਣੀ ਆ ਨਾਲ ਜਾਣਾ ਮੰਮੀ ਨੇ ਆਹੋ ਤੇ ਫਿਰ ਕੀ ਨਾਲ ਚੱਲ ਜਾਂਦੇ ਇਹ ਤੇ ਚੌਖੇ ਹੋਣ ਵਾਲੀ ਕਿਹੜੀ ਗੱਲ ਵਾ ਤੇ ਜਾਓ ਮੈਂ ਕੀ ਆਖਿਆ ਤੂੰ ਨੀ ਜਾਣਾ ਨਹੀਂ ਕਿਉਂ ਨੀ ਜਾਣਾ ਮੰਮੀ ਆਂਦੇ ਮੈਂ ਆਪੇ ਬਣਾ ਲਿਆਉਣੀ ਆ ਦੱਸ ਤੂੰ ਆਪਣੀ ਪਸੰਦ ਦੇ ਸੂਟ ਆਪ ਬਣਾ ਕੇ ਲਿਆਉਣੇ ਕਿ ਮੰਮੀ ਨੇ ਬਣਾ ਕੇ ਲਿਆਉਣੇ ਆਪ ਵੇਖ ਕੇ ਲੈ ਲਈ ਪੈਸੇ ਦੇ ਦੇਣਗੇ ਮੰਮੀ ਉੱਥੇ ਮੈਂ ਨਹੀਂ ਜਾਣਾ ਤਮਾਸ਼ਾ ਹੀ ਬਣਾਇਆ ਵਾ ਹੈਲੋ ਸਤਿ ਸ਼੍ਰੀ ਅਕਾਲ ਭੂਆ ਜੀ ਲੈ ਫਿਰ ਤਾਂ ਵਧਾਈ ਬਣੀ ਆ ਅਤੇ ਤੁਹਾਨੂੰ ਵਧਾਈਆਂ ਹੋਣ ਬਹੁਤ ਬਹੁਤ ਅੱਛਾ ਅੱਛਾ ਠੀਕ ਆ ਇੰਨੀ ਛੇਤੀ ਹਾਂਜੀ ਹਾਂਜੀ ਇਹ ਤਾਂ ਹੈ ਜਿਹੜਾ ਕੰਮ ਟਾਈਮ ਨਾਲ ਹੋ ਜਾਵੇ ਉਹੀਓ ਚੰਗਾ ਚਲੋ ਜੀ ਹੁਣ ਤਾਂ ਫਿਰ ਇਹ ਕਨੇਡਾ ਵਾਲੇ ਹੋ ਗਏ ਆ ਹੈਂ ਹਾਂਜੀ ਹਾਂਜੀ ਉੱਦਾਂ ਵੀ ਮੈਂ ਸਲਾਹ ਕਰਨ ਡਈ ਸੀ ਕਿ ਆਉਣਾ ਆ ਚਲੋ ਨਾਲੇ ਇਸੇ ਬਹਾਨੇ ਹੁਣ ਛੇਤੀ ਆ ਜਾਵਾਂਗੇ ਹਾਂਜੀ ਨਹੀਂ ਕੋਈ ਨਹੀਂ ਜ਼ਰੂਰ ਆਵਾਂਗੀ ਮੈਂ ਠੀਕ ਆ ਠੀਕ ਆ ਓਕੇ ਭੂਆ ਜੀ ਮੰਮੀ ਨਾਲ ਕਰਦੀ ਹਾਂ ਗੱਲ ਦੇ ਦਿਓ ਹਾਂ ਰੁਪਈਆ 2000 ਕੀ ਆਖਰ ਆ ਚੱਲੀ ਆ ਆਹ ਵੇਖੋ ਮੰਮੀ ਦਾ ਗਾਰਡ ਵੀ ਟੁੱਟ ਗਿਆ ਵਾ ਕਵਰ ਵੀ ਇਹਦਾ ਪਵਾਉਣ ਵਾਲਾ ਹੋ ਗਿਆ ਕੀ ਹੋ ਜੂਗਾ ਜੇ 2000 ਰੁਪਈਆ ਦੇ ਦੋਗੇ ਤੇ ਤੂੰ ਤੇ ਤੀਜੇ ਦਿਨ ਆ ਪਾਉਂਦਾ ਰਹਿਣਾ ਕਵਰ ਜੇ ਕੀ ਗੱਲ ਉਹ ਕਵਰ ਨੂੰ ਕੀ ਹੋਇਆ ਵਾ ਮੰਮੀ ਪੁਰਾਣਾ ਹੋ ਗਿਆ ਵਾ ਵੇਖੋ ਸਾਰਾ ਰੰਗ ਲੱਥ ਗਿਆ ਵਾ ਇਧਰੋਂ ਡੈ ਪਿਆ ਲੱਥਣ ਜੇ ਲਾ ਲਾ ਸੁੱਟੇ ਉਹਨਾਂ ਨੂੰ ਚੜਾ ਲਾ ਤੇ ਫਿਰ ਨਵਾਂ ਪਾਉਣ ਦਾ ਕੀ ਫਾਇਦਾ ਜੇ ਉਹੋ ਹੀ ਪਾ ਦੇਣੇ ਉਦੋਂ ਹੀ ਨਾ ਲਾਉਂਦਾ ਮੈਂ ਚੰਗੇ ਭਲੇ ਹੁੰਦੇ ਤੂੰ ਤੇ ਪੈਸੇ ਤੇ ਆਉ ਲਾ ਲਾ ਸੁੱਟੀ ਜਾਂਦਾ ਵਾ ਕਿੰਨੇ ਕੁ ਦਿੰਦੇ ਜੇ 100 ਵਾਰੀ ਪੈਸੇ ਮੰਗਾਂ ਤਾਂ ਤੁਸੀਂ ਇੱਕ ਵਾਰੀ ਕਿਤੇ ਦੇਣੇ ਹੁੰਦੇ ਆ ਉਹ ਵੀ ਮੇਰੀ ਕੁੱਤੇ ਖਾਣੀ ਕਰਨ ਤੋਂ ਬਾਅਦ ਵਿੱਚ ਤੇ ਜੇ ਕਿਤੇ ਦੇ ਵੀ ਦਿੱਤਾ ਕੋਈ 400-500 ਤੇ ਉਹਦਾ ਆਣ ਕੇ ਮੈਨੂੰ ਹਿਸਾਬ ਦੇ ਹਿਸਾਬ ਦੇ ਹੁਣ ਤੁਹਾਨੂੰ 10-10 ਰੁਪਈਆਂ ਦੇ ਵੀ ਹਿਸਾਬ ਦਿਆ ਕਰਾਂ ਮੈਂ ਹਿਸਾਬ ਮੰਗਣਾ ਨਹੀਂ ਹਿਸਾਬ ਮੰਗਣਾ ਚਾਹੀਦਾ ਧੀ ਪੁੱਤ ਕੋਲੋਂ ਇੱਦਾਂ ਤੇ ਵਾਰਾ ਹੀ ਜੜ ਜਾਓਗੇ ਤੁਸੀਂ ਚਲੋ ਠੀਕ ਆ ਫਿਰ ਨਹੀਂ ਮੰਗਦਾ ਮੈਂ 2000 ਰੁਪਈਆ ਚਲ ਹਾਂ ਤੇ ਗੱਲ ਹੋਈ ਨਾ ਹਾਂਜੀ ਤੇ ਇੱਦਾਂ ਵਾ ਵੀ ਇੱਕ ਮਹੀਨੇ ਤੱਕ ਨਾ ਇਹ ਫੋਨ ਦੀ ਨਵੀਂ ਸੀਰੀਜ਼ ਨਿਕਲਣ ਵਾਲੀ ਆ ਤੇ ਫਿਰ ਮੈਂ ਉਹ ਫੋਨ ਲੈਣਾ ਜੇ ਨਵਾਂ ਉਹ ਕਿੰਨੇ ਦਾ ਹੋਣਾ ਉਹ ਮੰਮੀ ਕੋਈ 1.5 ਲੱਖ ਦਾ ਹੋਣਾ 1.5 ਲੱਖ ਦਾ ਮੈਂ ਤੈਨੂੰ ਕੋਈ ਫੋਨ ਨਹੀਂ ਲੈ ਕੇ ਦੇਣਾ ਹੈਗਾ ਆਪਣੀ ਕਮਾਈ ਕਰੇਗਾ ਤੇ ਭਾਵੇਂ 4 ਲੱਖ ਦਾ ਲਈ ਆਹ ਕੀ ਪਖੰਡ ਹੋਇਆ ਤੀਜੇ ਦਿਨ ਫੋਨ ਲੈ ਦਿਓ ਤੀਜੇ ਦਿਨ ਫੋਨ ਲੈ ਦਿਓ ਸਾਡੇ ਕੋਲ ਤੇਰੇ ਇੰਨੇ ਮਹਿੰਗੇ ਖਰਚੇ ਚੁੱਕੇ ਜਾਂਦੇ ਤੂੰ ਤੇ ਆਤੀ ਕਰਾਈ ਜਾਂਦਾ ਦਿਨੋਂ ਦਿਨ ਮਹਿੰਗੀ ਤੇ ਮਹਿੰਗੀ ਚੀਜ਼ ਨੂੰ ਹੱਥ ਪਾਉਣਾ ਵਾ ਬੰਦਾ ਕਿਸੇ ਹਿਸਾਬ ਨਾਲ ਖਰਚਾ ਕਰਦਾ ਵਾ ਤੂੰ ਤੇ ਸ਼ਰਮੀ ਲਾਹੜੀ ਆ ਮੰਮੀ ਜੀ ਮੇਰੀ ਨਾ ਭੂਆ ਦੀ ਕੁੜੀ ਦਾ ਵੀਜ਼ਾ ਆ ਗਿਆ ਵਾ ਅਤੇ ਉਹਨੇ ਕਨੇਡਾ ਜਾਣਾ ਆ ਅਤੇ ਉਹ ਭੂਆ ਜੀ ਦਾ ਹੁਣੇ ਫੋਨ ਆਇਆ ਸੀ ਅਤੇ ਕਹਿੰਦੇ ਸੀ ਕਿ ਚੱਲ ਇੱਕ ਵਾਰੀ ਮਿਲ ਜਾਇਓ ਫਿਰ ਉਹਨੇ ਚੱਲ ਜਾਣਾ ਵਾ ਨਹੀਂ ਉਹ ਲੁਧਿਆਣੇ ਵਾਲੀ ਕੁੜੀ ਦਾ ਵੀਜ਼ਾ ਆਇਆ ਵਾ ਹਾਂਜੀ ਚੱਲ ਕੋਈ ਨਹੀਂ ਜਾਵਾਂਗੇ ਮਿਲ ਆਵਾਂਗੇ ਕੋਈ ਨਹੀਂ ਆਹੋ ਮੈਂ ਵਿਆਹ ਤੋਂ ਬਾਅਦ ਵੀ ਨਹੀਂ ਅਸੀਂ ਗਏ ਆਹੋ ਹੈ ਤਾਂ ਦੂਰ ਹੀ ਹੈ ਚੱਲ ਕੋਈ ਨਹੀਂ ਮਿਲ ਆਵਾਂਗੇ ਠੀਕ ਆ ਮੈਂ ਫਿਰ ਕਹਿਦਾ ਉਹਨਾਂ ਨੂੰ ਫੋਨ ਕਰਕੇ ਕਿ ਅਸੀਂ ਆ ਜਾਵਾਂਗੇ ਆਹ ਕਰ ਲਓ ਸਲਾਹ ਦੋਈ ਜੀ ਕੱਲ ਨੂੰ ਜਾਣਦੇ ਆ ਫਿਰ ਕਵਰ ਚਲੋ ਦੱਸੋ ਤੁਸੀਂ ਕਿ ਆ ਜਾਣਾ ਤਾਂ ਪੈਣਾ ਹੀ ਹੈ ਜਦੋਂ ਮਰਜ਼ੀ ਚੱਲ ਜਾਓ ਅੱਜ ਚੱਲ ਜਾਓ ਕੱਲ ਕਦੋਂ ਦਾ ਵੀਜ਼ਾ ਵੀਜ਼ਾ ਉਹਦਾ ਹਫਤੇ ਦੇ ਵਿੱਚ ਉਹਨੇ ਚੱਲ ਜਾਣਾ ਕਹਿੰਦੇ ਆਹ ਤੇ ਹਫਤੇ ਤੋਂ ਪਹਿਲਾਂ ਪਹਿਲਾਂ ਜਾਣਾ ਪੈਣਾ ਹਾਂਜੀ ਕੋਈ ਨਹੀਂ ਜਾਵਾਂਗੇ ਪਰ ਪਰਸੋਂ ਚੱਲ ਜਾਵਾਂਗੇ ਠੀਕ ਆ ਲਓ ਕਰ ਲਓ ਘਿਓ ਨੂੰ ਭਾਂਡਾ 4-5 ਹਜ਼ਾਰ ਦਾ ਤੇ ਤੇਲ ਲੱਗ ਜਾਣਾ ਇੰਨੀ ਦੂਰ ਆ ਕੋਈ ਨਹੀਂ ਤੁਹਾਡੇ ਨਾਲ ਵੀ ਇਦਾਂ ਹੀ ਹੋਣੀ ਚਾਹੀਦੀ ਆ ਮੈਨੂੰ 2000 ਰੁਪਈਆ ਨਹੀਂ ਨਾ ਦਿੱਤਾ ਚੱਲ ਬਕਵਾਸ ਨਾ ਕਰ ਚੁੱਪ ਕਰਕੇ ਬਹਿ ਜਾ ਆਹੋ ਮੈਂ ਬਕਵਾਸ ਕਰਦਾ ਮੈਂ ਤਾਂ ਕਹਿੰਦਾ ਇਹਦੀ ਭੂਆ ਜੇ ਲੱਗੀ ਆ ਇਹਦੀ ਭੂਆ ਦੇ ਉਹ ਅੰਬਾਲੇ ਦੇ ਲੱਗੇ ਹੋਣੀ ਚਾਹੀਦੀ ਤੁਹਾਡੇ ਜ਼ਿਆਦਾ ਪੈਸੇ ਲੱਗਦੇ ਕਵਲ ਹੋ ਗਿਆ ਕਿ ਹਾਂ ਹਾਂਜੀ ਮੰਮੀ ਹੋ ਗਿਆ ਚੱਲ ਗੱਡੀ ਕੱਢ ਕੇ ਲਿਆ ਚਲੋ ਆਓ ਛੇਤੀ
मैनू एक गल समझ नहीं लगी, वाहेगुरु की कृपा दे नाल इत्थे सारा कुछ बड़ा वधिया चलन डिया वा, किसी चीज की कमी तो है नहीं आ, फिर की लोड़ पै गई बाहर जाण दी? बस इदा ही आ जी थोड़ी साली साहिबा वा ना, यदा दिल नहीं इतने लगता। ये जड़िया वीडियो अजक मिलदियाँ ना, बस ट्रेंड जहा चलिया वा कि अं बहर जाना बहर जाना, फिर कहती मैं हूँ आयल्स की आ गए बैन तो फाइल लाई ही, तो महाराज का इन्नी कृपा हुई चलो बन गई गल। उदा भाजी जो मेरा इदा का कम हों मैं तो कदी भी बहर आलू मूँह ना करा, इतें कम करना नहीं, बहर जाके आखना मुड़ के दिहाड़ियाँ भी ला के सारा कुछ करी जाइए, भेड़ चाली फड़ी आता लोगों ने। भाजी काम कुम उ जाके कि करना, पैसे की खेड आ, आपा तो शौक ही पूरा करना। कई अगर तो पैसे करके शौक भी नहीं पूरे किए जाते। ਹੋਰ ਦੀਦੀ ਫਿਰ ਹੋ ਗਈ ਤਿਆਰੀ? ਬਸ ਤਿਆਰੀ ਆ, ਪੈਕਿੰਗ ਪੁਕਿੰਗ ਕਰਦੇ ਪਏ ਹੌਲੀ ਹੌਲੀ ਹੁਣ। ਠੀਕ ਆ, ਸ਼ੋਪਿੰਗ ਵਗੈਰਾ ਕਰ ਲਈ ਸਾਰੀ? ਸ਼ੋਪਿੰਗ ਹੋ ਗਈ ਆ ਸਾਰੀ। ਅੱਛਾ, ਚੱਲ ਆ ਜਾਓ ਬਹਿ ਜਾਓ ਫਿਰ ਘੜੀ, ਬਾਅਦ 'ਚੋਂ ਅਸੀਂ ਚੱਲ ਜਾਣਾ ਵਾ। ਅਤੇ ਮੇਰੀ ਗੱਲ ਸੁਣੋ, ਤੁਸੀਂ ਬਾਹਰ ਜਾਓਗੇ ਜਦੋਂ, ਫਿਰ ਭਾਜੀ ਨੂੰ ਤਾਂ ਖੜਨਾ ਹੀ ਖੜਨਾ ਆ, ਅਤੇ ਆਪਣੀ ਸੱਸ ਦਾ ਵੀ ਨਾਲ ਬਣਾਉਣਾ। ਨਹੀਂ, ਉਹਨੂੰ ਜਾਣਾ ਨਹੀਂ ਪਸੰਦ ਉੱਥੇ ਬਾਹਰ, ਉਹਨੂੰ ਇੱਥੇ ਹੀ ਚੰਗਾ ਲੱਗਦਾ ਵਾ। ਅੜੀਏ ਮੈਂ ਆਪ ਚਾਹੁੰਦੀ ਹਾਂ ਮੈਂ ਉਹਨੂੰ ਲੈ ਕੇ ਹੀ ਨਾ ਜਾਵਾਂ, ਇੱਥੇ ਹੀ ਰਹੇ ਉਹ ਤਾਂ। ਉਹ ਕਿਉਂ? ਉਹ ਤਾਂ ਜਿੰਨਾ ਅਸੀਂ ਇੱਥੇ ਕਮਾਉਂਦੇ ਹਾਂ ਫੱਕੀਆਂ ਹੀ ਉਡਾਈ ਜਾਂਦੀ ਹੈ, ਉਹਨੂੰ ਤਾਂ ਇਹ ਹੁੰਦਾ ਮੈਂ ਲੋਕਾਂ ਨੂੰ ਖਵਾ ਕੇ ਆਪਣਾ ਨਾਮ ਕਰ ਲਾਂ ਬਸ। ਹੈ ਹੋਰ ਨੀ ਭੈਣਾ, ਕੀ ਦੱਸਾਂ ਤੈਨੂੰ, ਇੱਕ ਤਾਂ ਮੇਰੀ ਸਾਸੀ ਉਹ ਇੰਨੀ ਕੰਜੂਸ ਆ, ਕਿਤੇ ਵੀ ਜਾਂਦੀ ਆ ਨਾ, ਨਾ ਕਿਸੇ ਦੇ ਕੋਲ ਉਹਨੇ ਫਰੂਟ ਖੜਨਾ 100 ਰੁਪਈਏ ਦਾ, ਨਾ ਕਿਤੇ ਉਹਨੇ ਡੱਬਾ ਲੈ ਕੇ ਆਉਣਾ। ਹੁਣ ਅੱਜ ਆਈ ਆ ਅਤੇ ਅੱਜ ਵੀ ਨਹੀਂ ਕੁਛ ਲੈ ਕੇ ਆਈ, ਮੈਨੂੰ ਤਾਂ ਇੰਨੀ ਸ਼ਰਮ ਆਉਂਦੀ ਆ ਨਾ ਜਦੋਂ ਮੈਂ ਆਪਣੇ ਕਿਸੇ ਭੈਣ ਭਰਾ 'ਤੇ ਜਾਂਦੀ ਹਾਂ, ਜਾਇਆ ਵੀ ਤਾਂ ਜਾਣਾ ਜ਼ਰੂਰੀ ਆ, ਪਰ ਇਹ ਆ ਕਿ ਉਹਨੇ ਨਹੀਂ ਆਖਣਾ ਕਿ ਮੈਂ ਕੋਈ ਪੈਸਾ ਕੱਢ ਲਾਂ। ਇੱਕ ਮੇਰੀ ਸੱਸ ਹੈ, ਉਹ ਕਿਤੇ ਜਾਵੇ ਗੱਡੀ ਪਹਿਲਾਂ ਭਰ ਲੈਂਦੀ ਸਮਾਨ ਦੀ ਕਿ ਮੈਂ ਆਹ ਵੀ ਲੈ ਕੇ ਜਾਣਾ ਅਤੇ ਆਹ ਵੀ ਲੈ ਕੇ ਜਾਣਾ ਆ। ਕੀ ਕਰੀਏ ਇਹਨਾਂ ਸੱਸਾਂ ਦਾ, ਕੋਈ ਤਾਂ ਬਹੁਤ ਹੀ ਖਰਚ ਖਾ ਆ ਅਤੇ ਕੋਈ ਬਹੁਤ ਹੀ ਜ਼ਿਆਦਾ ਕੰਜੂਸ ਆ। ਬੰਦੇ ਦਾ ਸੁਭਾਅ ਇੱਦਾਂ ਦਾ ਵੀ ਨਹੀਂ ਹੋਣਾ ਚਾਹੀਦਾ, ਮੈਂ ਤਾਂ ਇੰਨੀ ਹਿਸਾਬ ਦਾ ਹੀ ਰਹਿਣਾ ਚਾਹੀਦਾ, ਨਾ ਤਾਂ ਬਹੁਤਾ ਖਰਚਾ ਕਰੇ ਅਤੇ ਨਾ ਬਹੁਤੀ ਕੋਈ ਕੰਜੂਸੀ ਕਰੇ, ਹਿਸਾਬ ਨਾਲ ਹੀ ਸਾਰਿਆਂ ਨੂੰ ਮਿਲੇ ਵਰਤੇ। ਚੱਲ
तेरा तो फिर भी छुटकारा हो जाना, तू तो बाहर चल जाना, तो मैं तो इत्थे ही हाँ ना, पता नहीं मेरा की बनूगा। मैनू तो आप मंग मंग के वरतने पेंदे आ, खाली परस लैके नाल आ जानी हाँ, मैं तो कोई सुर स्वाद नहीं है जान आन का कित भी। नहीं तू टेंशन केड़ी गल दी लैनी है, नवा नवा तुहाडा विआह होया, तुही भी दोनों जाने फाइल लाओ तो बाहर निकल जाओ, सौखे रहोगे। बाहर वास्ते भी तो पैसे चाहिए आ ना, फाइल केड़ी इदा ही लग जानी आ, पैसा तो कढ़ के राजी नहीं आ, प्रधान ही ये आप वा हर काम दे विच। तू गल तो करके देखी भाजी ना। भाजी भी काहे जोगा नहीं आ, वो भी नहीं गल करता कोई। चलो दीदी आप इतने गलों च ही रुझ गए हैं, जाने का टाइम हो गया, फिर हम चलीए, बाद चो लेट बड़े हो जाना, उन्होंने मैनू कहना ये उठती नहीं उतों।